ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੇ ਚੈਪਟਰ ਯੂਨਿਟਸ ਐਂਡ ਡਾਇਮੈਂਸ਼ਨ ਦੇ ਦੂਜੇ ਪਾਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰਾ ਨਾਮ ਰਿਪਨਦੀਪ ਸਿੰਘ ਹੈ ਅਤੇ ਮੈਂ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿੱਚ ਫਿਜ਼ਿਕਸ ਦਾ ਲੈਕਚਰਾਰ ਹੈ। ਪਹਿਲੇ ਪਾਰਟ ਦੇ ਵਿੱਚ ਅਸੀਂ ਯੂਨਿਟਸ ਬਾਰੇ ਪੜ੍ਹਿਆ ਸੀਗਾ, ਠੀਕ ਹੈ, ਅਤੇ ਇਹਦੇ ਨਾਲ ਹੀ ਜੁੜਦਾ ਵਾ ਕਨਸੈਪਟ ਹੈ ਡਾਇਮੈਂਸ਼ਨਸ ਦਾ। ਡਾਇਮੈਂਸ਼ਨ ਕੀ ਹੁੰਦੀ ਹੈ? ਅਸੀਂ ਦੇਖਿਆ ਸੀ ਕਿ ਕੋਈ ਵੀ ਫਿਜ਼ੀਕਲ ਕੁਆਂਟੀਟੀਜ਼, ਚਾਹੇ ਉਹ ਜਿਵੇਂ ਕਿ ਨੋਰਮਲੀ ਅਸੀਂ ਡਿਰਾਈਵ ਦੀ ਗੱਲ ਕਰਦੇ ਹਾਂ, ਤਾਂ ਉਹ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਲੈਂਥ, ਮਾਸ, ਟਾਈਮ ਤੋਂ ਮਿਲ ਕੇ ਬਣੀ ਹੋਈ ਹੈ। ਮਤਲਬ ਉਹਦੇ ਜੇ ਉਹਦੇ ਜਿਵੇਂ ਆਪਾਂ ਅਸੀਂ ਉਦਾਹਰਨ ਲਿੱਤੀ ਸੀਗੀ ਏਰੀਆ ਦੀ, ਤਾਂ ਉਹ ਮੀਟਰ ਇੰਟੂ ਮੀਟਰ ਆਉਂਦਾ। ਐਵੇਂ ਹੀ ਹੋਰ ਫਿਜ਼ੀਕਲ ਕੁਆਂਟੀਟੀ ਆਉਂਦੀ, ਜਿਵੇਂ ਸਪੀਡ, ਉਹ ਕੀ ਹੁੰਦਾ, ਸਪੀਡ ਹੁੰਦਾ ਡਿਸਟੈਂਸ ਬਟਾ ਟਾਈਮ। ਤਾਂ ਕੋਈ ਵੀ ਜਿਹੜੀ ਫਿਜ਼ੀਕਲ ਕੁਆਂਟੀਟੀ ਹੈ ਉਹ ਫੰਡਾਮੈਂਟਲ ਕੁਆਂਟੀਟੀਜ਼ ਤੋਂ ਮਿਲ ਕੇ ਬਣੀ ਹੋਈ ਹੈ। ਅਤੇ ਜੇ ਅਸੀਂ ਉਸਨੂੰ ਕਿਸੇ ਫਿਜ਼ੀਕਲ ਕੁਆਂਟੀਟੀ ਦਾ ਨੇਚਰ ਅਸੀਂ ਡਿਸਕ੍ਰਾਈਬ ਕਰਨਾ ਹੋਵੇ, ਤਾਂ ਅਸੀਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਜਿਹੜੀਆਂ ਉਹ 'ਚ ਹੈਗੀਆਂ ਨੇ, ਉਹਦੀ ਕੀ ਪਾਵਰਾਂ 'ਚ ਆ ਰਹੀਆਂ ਨੇ, ਜੇ ਉਹ ਦੱਸੀ ਤਾਂ ਅਸੀਂ ਉਹਨੂੰ ਉਹਦੀ ਡਾਇਮੈਂਸ਼ਨ ਕਹਿੰਦੇ ਹਾਂ। ਤਾਂ ਡਾਇਮੈਂਸ਼ਨ ਆਫ ਅ ਫਿਜ਼ੀਕਲ ਕੁਆਂਟੀਟੀਜ਼ ਇਜ਼ ਅ ਪਾਵਰ ਟੂ ਵਿਚ ਦ ਬੇਸਿਕ ਯੂਨਿਟ ਮਸਟ ਬੀ ਰੇਜ਼ ਟੂ ਅਬਟੇਨ ਏ ਡਿਰਾਈਵਡ ਯੂਨਿਟ ਆਫ ਫਿਜ਼ੀਕਲ ਕੁਆਂਟੀਟੀ। ਤਾਂ ਡਾਇਮੈਂਸ਼ਨ ਐਕਚੁਲੀ ਡਿਰਾਈਵਡ ਯੂਨਿਟਸ ਨਾਲ ਰਿਲੇਟਡ ਕੰਸੈਪਟ ਹੈ। ਕਿਸੇ ਵੀ ਡਿਰਾਈਵਡ ਯੂਨਿਟ ਦੀ ਡਾਇਮੈਂਸ਼ਨ ਕੀ ਹੋਏਗੀ, ਉਸ ਜਿਹੜੀਆਂ ਡਿਰਾਈਵਡ ਯੂਨਿਟ, ਕਿਉਂਕਿ ਉਹ ਫੰਡਾਮੈਂਟਲ ਯੂਨਿਟ ਤੋਂ ਮਿਲ ਕੇ ਬਣਦੀ ਹੈ, ਤਾਂ ਉਹਦੇ ਫਾਰਮੂਲੇ 'ਚ, ਕਿਸੇ ਵੀ ਫਿਜ਼ੀਕਲ ਕੁਆਂਟੀਟੀ ਦੇ ਫਾਰਮੂਲੇ 'ਚ ਜਿਹੜੀ ਵੀ ਫੰਡਾਮੈਂਟਲ ਯੂਨਿਟਸ ਆਉਣਗੀਆਂ, ਉਹਦੇ ਜੇ ਅਸੀਂ ਪਾਵਰਾਂ ਲਿਖ ਦਈਏ, ਤਾਂ ਸਾਡੇ ਕੋਲ ਉਹਦੀ ਡਾਇਮੈਂਸ਼ਨਸ ਬਣ ਜਾਂਦੀਆਂ ਨੇ। ਅਤੇ ਅਸੀਂ ਦੇਖਿਆ ਸੀਗਾ, ਅਸੀਂ ਸਿਰਫ ਯੂਨਿਟਸ ਨਹੀਂ ਲਿਖਣੀਆਂ ਹੈਗੀਆਂ, ਅਸੀਂ ਸਿਰਫ ਉਹਦੀ ਲਿਖਣੀ ਹੈ ਕਿ ਲੈਂਥ, ਮਾਸ, ਟਾਈਮ, ਤਿੰਨ ਫਿਜ਼ੀਕਲ ਕੁਆਂਟੀਟੀਆਂ ਦੀਆਂ ਕਿਹੜੀਆਂ ਪਾਵਰਾਂ ਆ ਰਹੀਆਂ ਨੇ, ਠੀਕ ਹੈ। ਤਾਂ ਅਸੀਂ ਦੇਖਿਆ ਸੀਗਾ ਕਿ ਜਿਹੜੀ ਲੈਂਥ, ਮਾਸ, ਟਾਈਮ ਸਾਡੇ ਪੁਰਾਣੇ ਟਾਈਮ ਤੋਂ ਹੀ ਬਹੁਤ ਹੀ ਜਿਹੜੀਆਂ ਇੰਪੋਰਟੈਂਟ ਸਾਡੇ ਕੋਲ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਹੈ। ਤਾਂ ਅਸੀਂ ਕਿਸੇ ਵੀ ਕੁਆਂਟੀਟੀ ਨੂੰ ਡਿਸਕ੍ਰਾਈਬ ਕਰਨ ਲਈ ਮਾਸ ਲਈ ਐਮ ਲਿਖਦੇ ਸਕੁਆਇਰ ਬ੍ਰੈਕਟ 'ਚ, ਲੈਂਥ ਲਈ ਐਲ ਲਿਖਦੇ ਸਕੁਆਇਰ ਬ੍ਰੈਕਟ 'ਚ, ਟਾਈਮ ਲਈ ਟੀ ਲਿਖਦੇ ਹਾਂ ਸਕੁਆਇਰ ਬ੍ਰੈਕਟ 'ਚ। ਹੁਣ ਉਦਾਹਰਨ ਲਈਏ ਏਰੀਆ। ਏਰੀਆ ਇੱਕ ਡਿਰਾਈਵਡ ਫਿਜ਼ੀਕਲ ਕੁਆਂਟੀਟੀ ਹੈ, ਜਿਹਦੀ ਵੈਲਿਊ ਹੁੰਦੀ ਹੈ ਲੈਂਥ ਇੰਟੂ ਬ੍ਰੈਡ। ਕਿਸੇ ਵੀ ਚੀਜ਼ ਦਾ ਏਰੀਆ ਕੱਢਣਾ ਹੋਵੇ ਤਾਂ ਉਹਦੀ ਦੋ ਪਾਸੇ ਡਿਮੈਂਸ਼ਨ, ਉਹਦੀ ਦੋ ਪਾਸੇ ਲੰਬਾਈ ਮੰਨਦੇ ਹਾਂ। ਇੱਕ ਪਾਸੇ ਲੰਬਾਈ ਨੂੰ ਲੰਬਾਈ ਹੀ ਕਹਿ ਦਿੰਦੇ ਹਾਂ, ਦੂਜੇ ਪਾਸੇ ਦੀ ਲੰਬਾਈ ਨੂੰ ਅਸੀਂ ਚੌੜਾਈ ਕਹਿ ਦਿੰਦੇ ਹਾਂ। ਪਰ ਇਹਦੀ ਲੰਬਾਈ ਦੋਨੋਂ ਹੀ ਲੰਬਾਈ ਦੀ ਹੀ ਟਾਈਪ ਹੈ, ਤਾਂ ਅਸੀਂ ਦੋਨੋਂ ਤੋਂ ਐੱਲ ਇੰਟੂ ਐੱਲ ਹੀ ਲਵਾਂਗੇ। ਤਾਂ ਐੱਲ ਦੋ ਵਾਰ ਆ ਗਿਆ ਤਾਂ ਇਹਦੀ ਐੱਲ ਦੀ ਪਾਵਰ 2 ਆ ਜਾਏਗੀ, ਕਿਉਂਕਿ ਡਾਇਮੈਂਸ਼ਨ ਜਦੋਂ ਅਸੀਂ ਲਿਖਦੇ ਹਾਂ ਤਾਂ ਅਸੀਂ ਮਾਸ, ਲੈਂਥ ਅਤੇ ਟਾਈਮ ਤਿੰਨਾਂ ਬਾਰੇ ਪੂਰਾ ਲਿਖਦੇ ਹਾਂ। ਤਾਂ ਇੱਥੇ ਕਿ ਇਸ ਦੇ ਫੈਕਟਰ 'ਚ ਮਾਸ ਨਹੀਂ ਆਇਆ ਤਾਂ ਐੱਮ ਦੀ ਪਾਵਰ ਅਸੀਂ 0 ਲਿਖ ਦਿੰਦੇ। ਸਾਨੂੰ ਪਤਾ ਜੇ ਕਿਸੇ ਚੀਜ਼ ਦੀ ਪਾਵਰ 0 ਹੋਵੇ ਤਾਂ ਉਹਦੀ ਵੈਲਿਊ 1 ਹੁੰਦੀ ਹੈ, ਐਵੇਂ ਹੀ ਟੀ ਦੀ ਪਾਵਰ 0। ਤਾਂ ਅਸੀਂ ਕਹਿ ਸਕਦੇ ਹਾਂ ਕਿ ਏਰੀਆ 'ਚ, ਏਰੀਆ ਦੀ ਡਾਇਮੈਂਸ਼ਨਸ ਕੀ ਨੇ? ਤਾਂ ਡਾਇਮੈਂਸ਼ਨਸ ਕੀ ਨੇ? ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਦੀ ਪਾਵਰਾਂ, ਜੇ ਇਹਨੂੰ ਅਬਟੇਨ ਕਰਨ ਲਈ ਜਿਹੜੀ ਸਾਨੂੰ ਮਿਲੀਆਂ। ਤਾਂ ਏਰੀਆ ਸਾਨੂੰ ਪਤਾ ਹੈ, ਇਹ 'ਚ ਮਾਸ ਦੀ 0 ਡਾਇਮੈਂਸ਼ਨ ਹੈ, ਲੈਂਥ ਦੀ 2 ਡਾਇਮੈਂਸ਼ਨ ਹੈ, ਅਤੇ ਟਾਈਮ ਦੀ 0 ਡਾਇਮੈਂਸ਼ਨ ਹੈ। ਤਾਂ ਇਸ ਤਰ੍ਹਾਂ ਕਿਸੇ ਵੀ ਫਿਜ਼ੀਕਲ ਕੁਆਂਟੀਟੀਜ਼ ਦੀ ਅਸੀਂ ਡਾਇਮੈਂਸ਼ਨਸ ਨੂੰ ਡਿਸਕ੍ਰਾਈਬ ਕਰਦੇ ਹਾਂ। ਅਤੇ ਇਹਨਾਂ ਨੂੰ ਜਿਹੜਾ ਡਾਇਮੈਂਸ਼ਨਸ ਨੂੰ ਕੱਢਣਾ ਸਾਡੇ ਸਿਲੇਬਸ ਦਾ ਅਤੇ ਸਾਡੀ ਲਰਨਿੰਗ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਅਤੇ ਅਸੀਂ ਹੌਲੀ ਹੌਲੀ ਬਹੁਤ ਸਾਰੀ ਫਿਜ਼ੀਕਲ ਕੁਆਂਟੀਟੀਜ਼ ਦੀਆਂ ਇਸ ਪਾਰਟ ਦੇ ਵਿੱਚ ਡਾਇਮੈਂਸ਼ਨਸ ਦੇਖਾਂਗੇ। ਕਈ ਫਿਜ਼ੀਕਲ ਕੁਆਂਟੀਟੀਜ਼ ਅਸੀਂ ਸੁਣੀਆਂ ਵੀ ਨੇ, ਕਈਆਂ ਦੇ ਅਸੀਂ ਸਿਰਫ ਇੱਥੇ ਫਾਰਮੂਲੇ ਦੇਖਾਂਗੇ, ਅਤੇ ਡਿਊ ਕੋਰਸ ਆਫ ਟਾਈਮ ਜਦੋਂ ਅਸੀਂ ਅਗਲੇ ਚੈਪਟਰਾਂ 'ਚ ਪੜ੍ਹਾਂਗੇ ਤਾਂ ਉਹਨਾਂ ਫਿਜ਼ੀਕਲ ਕੁਆਂਟੀਟੀਜ਼ ਬਾਰੇ ਡਿਟੇਲ 'ਚ ਜਾਣਦੇ ਜਾਵਾਂਗੇ। ਐਵੇਂ ਹੀ ਜੇ ਅਸੀਂ ਵੋਲੀਅਮ ਦੇਖੀਏ, ਵੋਲੀਅਮ ਦਾ ਮਤਲਬ ਹੁੰਦਾ ਪੰਜਾਬੀ 'ਚ ਆਇਤਨ, ਕਹਿੰਦੇ ਹਾਂ। ਕਿਹਦੇ ਬਰਾਬਰ ਹੁੰਦੀ ਹੈ? ਲੰਬਾਈ ਗੁਣਾ ਚੌੜਾਈ ਗੁਣਾ ਉੱਚਾਈ। ਅਤੇ ਅਸੀਂ ਧਿਆਨ ਨਾਲ ਦੇਖੀਏ, ਲੰਬਾਈ, ਚੌੜਾਈ, ਉੱਚਾਈ ਤਿੰਨੇ ਕਿਹਦੀ ਟਾਈਪ ਨੇ? ਇੱਕ ਲੈਂਥ ਦੀ ਹੀ ਟਾਈਪ ਨੇ। ਤਾਂ ਇਹਦੀ ਪਾਵਰ ਐੱਲ ਦੀ ਪਾਵਰ 3 ਆ ਜਾਏਗੀ ਸਾਡੇ ਕੋਲ। ਅਤੇ ਅਗੇਨ ਅਸੀਂ ਦੇਖਿਆ ਇੱਥੇ ਮਾਸ ਦੀ ਡਿਪੈਂਡੈਂਸ ਕੋਈ ਨਹੀਂ, ਲੈਂਥ ਦੀ ਡਿਪੈਂਡੈਂਸ 3, ਅਤੇ ਟਾਈਮ ਦੀ ਡਿਪੈਂਡੈਂਸ 0 ਹੈ। ਤਾਂ ਵੋਲੀਅਮ 'ਚ 0 ਡਾਇਮੈਂਸ਼ਨ ਆਫ ਮਾਸ, 3 ਡਾਇਮੈਂਸ਼ਨਸ ਇਨ ਲੈਂਥ ਐਂਡ 0 ਡਾਇਮੈਂਸ਼ਨਸ ਇਨ ਟਾਈਮ ਆਉਂਦੀ ਹੈ। ਐਵੇਂ ਇੱਕ ਅਗਲੀ ਇੰਪੋਰਟੈਂਟ ਫਿਜ਼ੀਕਲ ਕੁਆਂਟੀਟੀ ਹੈ ਸਪੀਡ। ਸਪੀਡ ਦਾ ਫਾਰਮੂਲਾ ਹੁੰਦਾ ਹੈ ਡਿਸਟੈਂਸ ਓਵਰ ਟਾਈਮ। ਡਿਸਟੈਂਸ ਕੀ ਹੈ? ਲੈਂਥ। ਡਿਸਟੈਂਸ ਲੈਂਥ ਦੀ ਡਾਇਮੈਂਸ਼ਨ ਹੁੰਦੀ ਹੈ। ਡਿਸਟੈਂਸ ਲਈ ਅਸੀਂ ਉੱਪਰ ਐੱਲ ਲਿਖ ਦਿੰਦੇ ਹਾਂ, ਨੀਚੇ ਹੈ ਟਾਈਮ। ਤਾਂ ਇਹਦੀ ਡਾਇਮੈਂਸ਼ਨ, ਟਾਈਮ ਦੀ ਪਾਵਰ ਨੀਚੇ ਅਤੇ ਉੱਪਰ ਲਿਜਾਣ ਲਈ ਸਾਨੂੰ -1 ਕਰਨਾ ਪੈਣਾ।
ਸਾਡੇ ਕੋਲ ਸਪੀਡ ਦੀ ਡਾਇਮੈਂਸ਼ਨ ਆ ਜਾਂਦੀ ਹੈ L1 t-1, ਤਾਂ ਸਪੀਡ 'ਚ 1 ਡਾਇਮੈਂਸ਼ਨ ਆਫ ਲੈਂਥ ਅਤੇ -1 ਡਾਇਮੈਂਸ਼ਨ ਆਫ ਟਾਈਮ ਆਉਂਦੀ ਹੈ, ਅਤੇ ਇੱਥੇ ਮਾਸ ਦੀ ਕੋਈ ਡਿਪੈਂਡੈਂਸ ਨਹੀਂ ਹੈ, ਅਸੀਂ ਇਹਨੂੰ ਇਕੁਅਲੀ m0 l1 ਅਤੇ t-1 ਵੀ ਲਿਖ ਸਕਦੇ ਹਾਂ। ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦਾ ਹੈ? ਕਿਸੇ ਵੀ ਫਿਜ਼ੀਕਲ, ਹੁਣ ਜਿਹੜੇ ਪਿੱਛੇ ਅਸੀਂ ਆਹ l t-1 ਜਾਂ ਫਿਰ m0 l t l ਦੀ ਪਾਵਰ 2 t0, ਇਹ ਇਹਨੂੰ ਹੀ ਡਾਇਮੈਂਸ਼ਨ ਫਾਰਮੂਲਾ ਕਹਿੰਦੇ ਹੈ। ਠੀਕ ਹੈ, ਤਾਂ ਡਾਇਮੈਂਸ਼ਨ ਫਾਰਮੂਲਾ ਕੀ ਹੁੰਦਾ ਹੈ? ਡਾਇਮੈਂਸ਼ਨ ਫਾਰਮੂਲਾ ਕਿਸੇ ਫਿਜ਼ੀਕਲ ਕੁਆਂਟੀਟੀ ਦਾ ਇੱਕ ਐਕਸਪ੍ਰੈਸ਼ਨ ਹੁੰਦਾ। ਐਕਸਪ੍ਰੈਸ਼ਨ ਮੀਨਸ ਕੋਈ ਇਕੁਏਸ਼ਨ ਹੁੰਦੀ ਹੈ ਜਿਹ 'ਚ ਉਹ 'ਚ ਦੱਸਿਆ ਹੁੰਦਾ ਕਿ ਜਿਹੜੀਆਂ ਉਹ 'ਚ ਉਹਦੇ ਉਹਦੇ ਕਿਉਂਕਿ ਉਹ ਡਿਰਾਈਵਡ ਯੂਨਿਟ ਦੇ ਉਹਦੇ ਫਾਰਮੂਲੇ 'ਚ ਬੇਸਿਕ ਯੂਨਿਟਸ ਕਿਹੜੀ ਕਿਹੜੀ ਪਾਵਰਸ ਐਂਟਰ ਕਰਦੇ ਆ। ਉਦਾਹਰਨ ਦੇ ਤੌਰ 'ਤੇ ਏਰੀਆ ਦਾ ਡਾਇਮੈਂਸ਼ਨ ਫਾਰਮੂਲਾ m0 l2 t0 ਹੈ। ਡਾਇਮੈਂਸ਼ਨ ਫਾਰਮੂਲਾ ਕੀ ਹੁੰਦਾ ਹੈ? ਇੱਕ ਇਕੁਏਸ਼ਨ ਹੁੰਦੀ ਹੈ ਜੇ ਏਰੀਆ ਇਜ਼ ਇਕੁਅਲ ਟੂ m0 l2 t0। ਠੀਕ ਹੈ, ਅਤੇ ਇਹਨੂੰ ਅਸੀਂ ਡਾਇਮੈਂਸ਼ਨ ਫਾਰਮੂਲਾ ਬੋਲਦੇ ਹਾਂ। ਅਤੇ ਡਾਇਮੈਂਸ਼ਨ ਇਕੁਏਸ਼ਨ ਕੀ ਹੁੰਦਾ? ਜਦੋਂ ਕਿਸੇ ਫਿਜ਼ੀਕਲ ਕੁਆਂਟੀਟੀ ਨੂੰ ਉਹਦੇ ਡਾਇਮੈਂਸ਼ਨ ਫਾਰਮੂਲਾ ਦੇ ਬਰਾਬਰ ਰੱਖ ਦਿੱਤਾ ਜਾਵੇ ਤਾਂ ਉਹਨੂੰ ਅਸੀਂ ਡਾਇਮੈਂਸ਼ਨਲ ਇਕੁਏਸ਼ਨ ਕਹਿੰਦੇ ਹਾਂ। ਤਾਂ ਏਰੀਆ ਇਜ਼ ਇਕੁਅਲ ਟੂ m0 l2 t0, ਇਹਨੂੰ ਅਸੀਂ ਕਹਿੰਦੇ ਹਾਂ ਇਹਦੀ ਡਾਇਮੈਂਸ਼ਨਲ ਇਕੁਏਸ਼ਨ। ਅਤੇ ਹੁਣ ਅਸੀਂ ਹੋਰ ਵੀ ਫਿਜ਼ੀਕਲ ਕੁਆਂਟੀਟੀਜ਼ ਦੀ ਡਾਇਮੈਂਸ਼ਨਲ ਇਕੁਏਸ਼ਨ ਪੜ੍ਹਾਂਗੇ ਅਤੇ ਸਿੱਖਾਂਗੇ। ਅਸੀਂ ਹੁਣ ਏਰੀਆ ਦੇ ਲਈ ਆਲਰੇਡੀ ਕਰ ਚੁੱਕੇ ਹਾਂ m0 l2 t0, ਐਵੇਂ ਵੋਲਿਊਮ ਦੀ m0 l3 t0। ਡੈਂਸਿਟੀ ਕੀ ਹੁੰਦੀ ਹੈ? ਡੈਂਸਿਟੀ ਨੂੰ ਘਣੱਤਵ ਵੀ ਬੋਲਦੇ ਹਾਂ। ਸਪੋਜ਼ ਕਰੋ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਲੋਹੇ ਦੀ ਬੋਲ ਹੈ ਅਤੇ ਇੱਕ ਰੂੰ ਦੀ ਬੋਲ ਹੈ। ਸਾਨੂੰ ਕਿਹੜੀ ਜ਼ਿਆਦਾ ਭਾਰੀ ਹੋਏਗੀ? ਲੋਹੇ ਦੀ ਬੋਲ ਭਾਰੀ ਹੋਏਗੀ। ਤਾਂ ਮਾਸ ਪਰ ਯੂਨਿਟ ਵੋਲਿਊਮ ਇਜ਼ ਦਾ ਡੈਂਸਿਟੀ। ਠੀਕ ਹੈ, ਇੱਕ ਯੂਨਿਟ ਵੋਲਿਊਮ ਦੇ ਵਿੱਚ ਮਾਸ ਕਿਹਦਾ ਜ਼ਿਆਦਾ ਹੈ? ਜੇ ਅਸੀਂ ਵੋਲਿਊਮ ਬਰਾਬਰ ਲੈ ਲਈਏ, ਯੂਨਿਟ ਲੈਣ ਦਾ ਮਤਲਬ ਕਿ ਬਰਾਬਰ ਲੈਣਾ ਚੀਜ਼। ਦੋ ਗੋਲੇ ਲੈਤੇ ਹਾਂ ਸੇਮ ਵੋਲਿਊਮ ਦੇ, ਪਰ ਲੋਹੇ ਵਾਲੇ ਦਾ ਮਾਸ ਜ਼ਿਆਦਾ ਹੋਇਆ ਕਿਉਂਕਿ ਲੋਹੇ ਦੀ ਡੈਂਸਿਟੀ ਜ਼ਿਆਦਾ ਹੁੰਦੀ ਹੈ, ਤਾਂ ਉਸ 'ਚ ਮਾਸ ਪਰ ਯੂਨਿਟ ਵੋਲਿਊਮ ਜ਼ਿਆਦਾ ਹੁੰਦਾ ਹੈ। ਤਾਂ ਮਾਸ ਦੀ ਡਾਇਮੈਂਸ਼ਨ m1 ਹੁੰਦੀ ਹੈ ਅਤੇ ਵੋਲਿਊਮ ਦੀ l3। ਅਤੇ ਜੇ l3 ਨੂੰ ਉੱਪਰ ਲੈ ਕੇ ਜਾਣਾ ਤਾਂ l-3 ਹੋ ਜਾਏਗੀ, ਅਤੇ ਸਾਡੇ ਕੋਲ ਡੈਂਸਿਟੀ ਦੀ ਡਾਇਮੈਂਸ਼ਨ ਆ ਜਾਂਦੀ ਹੈ m1 l-3 t0। ਸਪੀਡ ਦੀ ਅਸੀਂ ਅਗੇਨ ਪੜ੍ਹ ਚੁੱਕੇ ਹਾਂ ਹੁਣੀ, ਤਾਂ ਇਹਦੀ ਸਪੀਡ ਦੀ ਡਾਇਮੈਂਸ਼ਨ ਹੁੰਦੀ ਹੈ l-1 t-1। ਐਵੇਂ ਹੀ ਸਪੀਡ ਦੇ ਨਾਲ ਹੀ ਰਿਲੇਟਡ ਕਨਸੈਪਟ ਹੈ, ਇੱਥੇ ਸਕੇਲਰ ਅਤੇ ਵੈਕਟਰ ਦਾ ਕਨਸੈਪਟ ਆ ਜਾਂਦਾ ਜਿਹੜਾ ਕਿ ਅੱਗੇ ਜਾ ਕੇ ਅਸੀਂ ਸਮਝਾਂਗੇ। ਅਤੇ ਵਿਲੋਸਟੀ ਦੀ ਡਾਇਮੈਂਸ਼ਨ ਵੀ ਸਪੀਡ ਦੇ ਬਰਾਬਰ ਹੀ ਹੁੰਦੀ ਹੈ। ਡਿਸਟੈਂਸ, ਇੱਥੇ ਡਿਸਟੈਂਸ ਦੀ ਜਗ੍ਹਾ ਡਿਸਪਲੇਸਮੈਂਟ ਆ ਜਾਂਦਾ, ਡਿਸਪਲੇਸਮੈਂਟ ਓਵਰ ਟਾਈਮ। ਤਾਂ ਡਿਸਪਲੇਸਮੈਂਟ ਦੀ ਵੀ ਡਾਇਮੈਂਸ਼ਨ ਲੈਂਥ ਦੀ ਹੀ ਹੁੰਦੀਆਂ ਅਤੇ ਟਾਈਮ ਦੀ ਡਾਇਮੈਂਸ਼ਨ ਟਾਈਮ ਦੀ ਹੋਣਗੀਆਂ, ਅਤੇ l1 t-1। ਅਗਲਾ ਕਨਸੈਪਟ ਹੈ ਐਕਸਲਰੇਸ਼ਨ। ਜਦੋਂ ਸਾਡੀ ਸਪੀਡ ਚੇਂਜ ਹੁੰਦੀ ਹੈ, ਸਪੋਜ਼ ਕਰੋ ਤੁਸੀਂ ਸਕੂਟੀ ਡਰਾਈਵ ਕਰ ਰਹੇ ਹੋ, ਜੇ ਤੁਹਾਡੀ ਕੋਂਸਟੈਂਟ ਸਪੀਡ ਹੈ ਪਹਿਲਾਂ 40 ਦੀ, ਫਿਰ ਤੁਸੀਂ ਹੁਣ 60, 40 ਤੋਂ 60 ਦੀ ਚਲੇ ਗਏ, ਮੰਨ ਲਓ 10 ਸਕਿੰਟ ਦੇ ਅੰਦਰ ਗਏ ਹੋ, ਤਾਂ ਤੁਹਾਡੀ ਜਿਹੜੀ ਸਪੀਡ ਹੈ ਉਹ ਚੇਂਜ ਹੋਈ ਹੈ। ਚੇਂਜ ਆਫ ਸਪੀਡ ਨੂੰ ਅਸੀਂ ਐਕਸਲਰੇਸ਼ਨ ਬੋਲਦੇ ਹਾਂ। ਠੀਕ ਹੈ, ਤਾਂ ਫਾਰਮੂਲੇ ਪਰਪਸ ਲਈ ਅਸੀਂ ਇਹਨੂੰ ਵਿਲੋਸਟੀ ਓਵਰ ਟਾਈਮ ਲਿਖਦੇ ਹਾਂ, ਪਰ ਇਹਦਾ ਅਸਲੀ ਫਾਰਮੂਲਾ ਹੁੰਦਾ ਚੇਂਜ ਇਨ ਵਿਲੋਸਟੀ ਓਵਰ ਟਾਈਮ। ਤਾਂ ਵਿਲੋਸਟੀ ਦਾ ਡਾਇਮੈਂਸ਼ਨਲ ਫਾਰਮੂਲਾ ਅਸੀਂ ਹੁਣੇ ਕਰਕੇ ਹਟੇ ਹਾਂ l1 t-1 / t। ਤਾਂ ਇਹਦੇ ਜਿਹੜੀ ਐਕਸਲਰੇਸ਼ਨ ਦੀ ਡਾਇਮੈਂਸ਼ਨ ਹੈ l1 t-2 ਆਏਗੀ। ਠੀਕ ਹੈ, ਅਤੇ ਅੱਗੇ ਇਹ ਜਿਹੜੇ ਸਾਰੀ ਫਿਜ਼ੀਕਲ ਕੁਆਂਟੀਟੀਜ਼ ਨੇ, ਮੋਮੈਂਟਮ, ਫੋਰਸ, ਇੰਪਲਸ, ਇਹਦੀ ਡਿਟੇਲ ਬਾਰੇ ਅਸੀਂ ਸਾਡਾ ਅਗਲਾ ਚੈਪਟਰ ਹੈ, ਫੋਰਸ ਸੈਕਿੰਡ ਚੈਪਟਰ ਹੈ ਫੋਰਸ ਐਂਡ ਮੋਸ਼ਨ, ਉਹਦੇ ਵਿੱਚ ਪੜ੍ਹਾਂਗੇ। ਪਰ ਇਹਦੇ ਜਿਹੜੇ ਫਾਰਮੂਲਾਜ਼ ਨੇ ਉੱਥੇ ਲਿਖੇ ਹੋਏ ਨੇ। ਤਾਂ ਮੋਮੈਂਟਮ ਸਾਡੇ ਕੋਲ ਹੁੰਦਾ ਹੈ, ਮੋਮੈਂਟਮ ਦਾ ਮਤਲਬ ਹੈ ਕੁਆਂਟਿਟੀ ਆਫ ਮੋਸ਼ਨ ਕੰਟੇਨ ਇਨ ਦਾ ਬੋਡੀ, ਇਹ ਕਿਹਦੇ ਬਰਾਬਰ ਹੁੰਦਾ? ਮਾਸ ਇੰਟੂ ਵਿਲੋਸਟੀ ਦੇ ਬਰਾਬਰ ਹੁੰਦਾ ਹੈ। ਕਿਸੇ ਚੀਜ਼ 'ਚ ਜਿਹੜਾ ਮੋਸ਼ਨ ਹੈ ਉਹ ਸਿਰਫ ਉਹਦੇ ਵਿਲੋਸਟੀ ਦੇ ਉੱਪਰ ਹੀ ਡਿਪੈਂਡ ਨਹੀਂ ਕਰਦਾ ਹੈਗਾ, ਅਤੇ ਉਹਦੇ ਮਾਸ ਦੇ ਉੱਪਰ ਵੀ ਡਿਪੈਂਡ ਕਰਦਾ। ਹੁਣ ਤੁਸੀਂ ਮੈਂ ਐਗਜ਼ਾਮਪਲ ਦਿੰਦਾ, ਇੱਕ ਸਾਈਕਲ ਆ ਰਿਹਾ 10 ਦੀ ਸਪੀਡ 'ਤੇ, ਇੱਕ ਤਾਂ ਇੱਕ ਟਰੱਕ ਆ ਰਿਹਾ 10 ਦੀ ਸਪੀਡ 'ਤੇ, ਤੁਸੀਂ ਜ਼ੋਰ ਲਾ ਕੇ ਰੋਕਣਾ, ਤੁਹਾਨੂੰ ਕਿਹੜਾ ਸੌਖਾ ਹੋਏਗਾ ਰੋਕਣਾ? ਤੁਹਾਨੂੰ ਸਾਈਕਲ ਰੋਕਣਾ ਸੌਖਾ ਹੋਏਗਾ ਟਰੱਕ ਦਾ? ਕੀ ਦੋਨਾਂ 'ਚ ਫ਼ਰਕ ਹੈ? ਦੋਨਾਂ ਸਪੀਡ ਸੇਮ ਹੈ ਪਰ ਮਾਸ ਦਾ ਫ਼ਰਕ ਹੈ।
ਦੋਨਾਂ 'ਚ, ਕਿਉਂਕਿ ਮੋਸ਼ਨ ਦੇ ਵਿੱਚ ਮਾਸ ਦੀ ਕੰਟਰੀਬਿਊਸ਼ਨ ਵੀ ਬਰਾਬਰ ਹੁੰਦੀ ਹੈ, ਤਾਂ ਮੋਮੈਂਟਮ ਸਾਡੇ ਕੋਲ ਦੋਨੋਂ ਚੀਜ਼ਾਂ ਹੁੰਦੀਆਂ ਨੇ, ਮਾਸ ਇੰਟੂ ਵਿਲੋਸਿਟੀ। ਤੇ ਟਰੱਕ ਦਾ ਮਾਸ ਜ਼ਿਆਦਾ ਹੁੰਦਾ ਤਾਂ ਹੀ ਟਰੱਕ ਦੀ ਮੋਮੈਂਟਮ ਜ਼ਿਆਦਾ ਹੁੰਦੀ ਹੈ, ਤੇ ਉਹਨੂੰ ਰੋਕਣ ਵਿੱਚ ਮੋਸ਼ਨ ਦੀ ਕੁਆਂਟਿਟੀ ਜ਼ਿਆਦਾ ਹੁੰਦੀ ਹੈ, ਉਹਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ। ਇਹ ਤਾਂ ਸਮਝਣ ਦਾ ਪਾਰਟ ਸੀ, ਪਰ ਇਹਦਾ ਫਾਰਮੂਲਾ ਬੜਾ ਈਜ਼ੀ ਹੈ, ਡਿਮੈਂਸ਼ਨਲ ਫਾਰਮੂਲਾ ਕੱਢਣਾ। ਮਾਸ ਦੀ ਡਿਮੈਂਸ਼ਨ m1 ਹੁੰਦੀ ਹੈ, ਵਿਲੋਸਿਟੀ ਸਾਨੂੰ ਪਤਾ l1t-1, ਤੇ ਇਕੱਠਾ ਕਰੀਏ ਤਾਂ m1 l1 t-1। ਐਵੇਂ ਹੀ ਅਸੀਂ ਸਮਝਾਂਗੇ ਕਿ ਜਿਹੜਾ ਨਿਊਟਨ ਦਾ ਦੂਜਾ ਸਿਧਾਂਤ ਸਾਨੂੰ ਦੱਸਦਾ ਕਿ ਜਿਹੜੀ ਸਾਡੀ ਫੋਰਸ ਹੈ, ਬਲ ਹੈ, ਜਦੋਂ ਕਿਸੇ ਚੀਜ਼ ਨੂੰ, ਫੋਰਸ ਕੀ ਹੁੰਦਾ ਹੈ, ਕਿਸੇ ਵੀ ਚੀਜ਼ ਨੂੰ ਪੁਸ਼ ਜਾਂ ਪੁਲ ਲਗਾਉਣਾ, ਧੱਕਾ ਲਗਾਉਣਾ ਜਾਂ ਖਿੱਚਣਾ, ਉਹ ਕਿਸੇ ਉਸ ਚੀਜ਼ ਦੀ ਮਾਸ ਇੰਟੂ ਐਕਸਲਰੇਸ਼ਨ ਦੇ ਬਰਾਬਰ ਹੁੰਦਾ। ਐਕਸਲਰੇਸ਼ਨ ਦਾ ਫਾਰਮੂਲਾ ਵੀ ਅਸੀਂ ਹੁਣੀ ਦੇਖਿਆ ਸੀ, l1t-2, ਅਤੇ ਮਾਸ ਨੇ ਇਹਨੂੰ ਮਲਟੀਪਲਾਈ ਕਰਦੇ ਸਾਡੇ ਕੋਲ ਆ ਜਾਂਦਾ ਹੈ ਫੋਰਸ ਦਾ ਫਾਰਮੂਲਾ m1 l1 t-2। ਅਤੇ ਐਵੇਂ ਹੀ ਇੰਪਲਸ ਇੱਕ ਫਿਜ਼ੀਕਲ ਕੁਆਂਟਿਟੀ ਹੁੰਦੀ ਹੈ, ਜਿਹੜੇ ਕਿ ਫੋਰਸ ਦਾ ਅਸਰ ਮਿਲਦੀ ਹੈ। ਅਸੀਂ ਅਗਲੇ ਚੈਪਟਰ 'ਚ ਇਹਨੂੰ ਡਿਟੇਲ ਬਾਰੇ ਇਹਦੇ ਬਾਰੇ ਪੜ੍ਹਾਂਗੇ ਅਤੇ ਸਮਝਾਂਗੇ ਵੀ। ਅਤੇ ਇਹਦਾ ਫਾਰਮੂਲਾ ਹੁੰਦਾ ਫੋਰਸ ਇੰਟੂ ਟਾਈਮ। ਫੋਰਸ ਦਾ ਫਾਰਮੂਲਾ ਹੁਣੇ ਆਪਾਂ ਉੱਪਰ ਲਿਖ ਕੇ ਹਟੇ, ਇਹਨੂੰ ਟਾਈਮ ਨਾਲ ਗੁਣਾ ਕਰ ਦਾਂਗੇ ਤਾਂ t-2 ਸੀਗੀ, -2 + 1 ਹੋ ਕੇ t-1 ਇੱਥੇ -1 ਹੋ ਜਾਏਗੀ। ਧਿਆਨ ਨਾਲ ਦੇਖੋ, ਮੋਮੈਂਟਮ ਅਤੇ ਇੰਪਲਸ ਦੀ ਜਿਹੜੀ ਡਾਇਮੈਂਸ਼ਨਸ ਹੈ ਸੇਮ ਨੇ, ਮੋਮੈਂਟਮ ਐਂਡ ਇੰਪਲਸ ਦੀਆਂ ਡਾਇਮੈਂਸ਼ਨ ਸੇਮ ਨੇ। ਅੱਗੇ ਹੋਰ ਇੱਕ ਇੰਪੋਰਟੈਂਟ ਫਿਜ਼ੀਕਲ ਕੁਆਂਟਿਟੀ ਹੈ ਵਰਕ। ਵਰਕ ਕੀ ਹੁੰਦਾ ਹੈ? ਕਿਸੇ ਵੀ ਫੋਰਸ ਦੇ ਦੁਆਰਾ, ਕਿ ਅਸੀਂ ਜੇ ਕਿਸੇ ਚੀਜ਼ 'ਤੇ ਫੋਰਸ ਲਗਾਈਏ ਅਤੇ ਉਹ ਕੁਛ ਡਿਸਟੈਂਸ ਮੂਵ ਕਰ ਦਿੱਤਾ ਤਾਂ ਸਾਂ ਸਾਡਾ ਵਰਕ ਹੁੰਦਾ ਹੈ। ਇਹ ਫੋਰਸ ਦੀ ਹੁਣ ਅਸੀਂ ਪੜ੍ਹ ਕੇ ਹਟੇ ਹਾਂ, m1 l1 t-2 ਇੰਟੂ ਡਿਸਟੈਂਸ ਦੀ ਐਲ ਹੋਏਗੀ ਤਾਂ m1 l2 t-2। ਪਾਵਰ ਹੁੰਦਾ ਹੈ ਵਰਕ ਪਰ ਯੂਨਿਟ ਟਾਈਮ, ਠੀਕ ਹੈ? ਕਿੰਨੀ ਛੇਤੀ ਅਸੀਂ ਵਰਕ ਨੂੰ ਕਰ ਲੈਂਦੇ ਹਾਂ, ਉਹ ਸਾਡੀ ਪਾਵਰ ਇੰਡੀਕੇਟ ਕਰਦੀ ਹੈ ਫਿਜ਼ੀਕਲ ਕੁਆਂਟਿਟੀ। ਨੂੰ ਡਿਟੇਲ 'ਚ ਸਟੱਡੀ ਕਰਾਂਗੇ। ਤਾਂ ਵਰਕ ਦੀ ਹੁਣੇ ਅਸੀਂ ਉੱਪਰ ਲਿਖ ਕੇ ਹਟੇ m1 l2 t-2 / t, ਤਾਂ ਇਹ ਟੀ ਦੀ ਉੱਪਰ ਜਾ ਕੇ t-3 ਬਣ ਜਾਏਗਾ। ਅਤੇ ਐਵੇਂ ਹੀ ਐਨਰਜੀ ਦੀ ਜਿਹੜੀ ਡਾਇਮੈਂਸ਼ਨ ਹੈ ਉਹ ਵਰਕ ਦੇ ਹੀ ਬਰਾਬਰ ਹੁੰਦੀਆਂ ਨੇ, ਕਿਉਂਕਿ ਐਨਰਜੀ ਇਜ਼ ਏ ਕਪੈਸਿਟੀ ਟੂ ਡੂ ਵਰਕ, ਅਤੇ ਐਨਰਜੀ ਅਤੇ ਵਰਕ ਦੀ ਡਾਇਮੈਂਸ਼ਨ ਸੇਮ ਹੁੰਦੀਆਂ ਨੇ। ਪ੍ਰੈਸ਼ਰ, ਪ੍ਰੈਸ਼ਰ ਹੁੰਦਾ ਫੋਰਸ ਪਰ ਯੂਨਿਟ ਏਰੀਆ। ਇਸ ਚੀਜ਼ 'ਤੇ ਅਸੀਂ ਪ੍ਰੈਸ਼ਰ ਲਗਾਉਂਦੇ ਹਾਂ, ਕਦੇ ਤੁਸੀਂ ਦੇਖੋ ਸਾਨੂੰ ਜੇ ਕਿਸੇ ਕੋਈ ਖੁੰਡੀ ਚੀਜ਼ ਦੇ ਚਬੋਈਏ ਤਾਂ ਘੱਟ ਚੁੱਭਦੀ ਹੈ, ਪਰ ਤਿੱਖੀ ਚੀਜ਼ ਜ਼ਿਆਦਾ ਚੁੱਭਦੀ ਹੈ, ਕਿਉਂਕਿ ਉਹ ਜਿਹੜੀ ਸਾਰੀ ਫੋਰਸ ਹੈ ਉਹ ਘੱਟ ਏਰੀਏ 'ਤੇ ਲੱਗੀ ਹੁੰਦੀ ਹੈ। ਪ੍ਰੈਸ਼ਰ ਹੁੰਦਾ ਫੋਰਸ ਪਰ ਯੂਨਿਟ ਏਰੀਆ। ਜੇ ਏਰੀਆ ਘਟਾ ਦਈਏ ਤਾਂ ਪ੍ਰੈਸ਼ਰ ਸਾਡਾ, ਧਿਆਨ ਨਾਲ ਦੇਖੋ, ਇੱਥੇ ਵੱਧ ਜਾਏਗਾ, ਕਿ ਡਿਵਾਈਡ ਕਰਨ ਵਾਲੀ ਚੀਜ਼ ਛੋਟੀ ਹੋ ਜਾਏਗੀ। ਤਾਂ ਪ੍ਰੈਸ਼ਰ ਹੁੰਦਾ ਫੋਰਸ ਪਰ ਯੂਨਿਟ ਏਰੀਆ। ਫੋਰਸ ਦੀ ਡਾਇਮੈਂਸ਼ਨ ਅਸੀਂ ਪਿੱਛੇ ਕਰਕੇ ਹਟੇ ਹਾਂ, m1 l1 t-2। ਏਰੀਆ ਦੀ ਵੀ ਸਾਨੂੰ ਡਾਇਮੈਂਸ਼ਨ ਪਤਾ ਹੈ l2। ਤਾਂ ਇਹ ਉੱਪਰ ਜਾ ਕੇ ਇੱਥੇ ਗਲਤੀ ਨਾਲ ਲਿਖਿਆ ਹੋਇਆ l1, ਪਰ ਇੱਥੇ ਆਏਗਾ m1 l-1 and t-2। ਸਰਫੇਸ ਟੈਂਸ਼ਨ ਹੁੰਦਾ ਫੋਰਸ ਪਰ ਯੂਨਿਟ ਲੈਂਥ। ਇਹ ਵੀ ਅਸੀਂ ਜਦੋਂ ਪ੍ਰੋਪਰਟੀਜ਼ ਆਫ ਮੈਟਰ ਚੈਪਟਰ ਪੜ੍ਹਾਂਗੇ, ਡਿਟੇਲ 'ਚ ਇਹਦੇ ਬਾਰੇ ਸਮਝਾਂਗੇ। ਫੋਰਸ ਦੀ ਡਾਇਮੈਂਸ਼ਨ ਇਹ ਹੁੰਦੀਆਂ ਨੇ, ਅਤੇ ਅਪੋਨ l ਤਾਂ m1 l0 t-2 ਸਰਫੇਸ ਟੈਂਸ਼ਨ ਹੋ ਜਾਂਦੀ ਹੈ। ਸਟ੍ਰੈਸ ਵੀ ਸਾਡਾ, ਸਟ੍ਰੈਸ ਦੀ ਯੂਨਿਟ ਸਾਡੇ ਪ੍ਰੈਸ਼ਰ ਦੇ ਬਰਾਬਰ ਹੀ ਹੁੰਦੇ ਆ, ਫੋਰਸ ਪਰ ਯੂਨਿਟ ਏਰੀਆ ਹੀ ਡਿਫਾਈਨ ਹੁੰਦਾ ਸਟ੍ਰੈਸ। ਸਟ੍ਰੈਸ ਬਾਰੇ ਡਿਟੇਲ 'ਚ ਅਸੀਂ ਪ੍ਰੋਪਰਟੀਜ਼ ਆਫ ਮੈਟਰ ਚੈਪਟਰ ਬਾਰੇ 'ਚ ਪੜ੍ਹਨਾ ਹੈ, ਪਰ ਇਹਦੀ ਡਾਇਮੈਂਸ਼ਨਸ ਕੱਢਣੀ ਸੌਖੀ ਹੈ, m1 l1 t-2 / l2, ਤਾਂ ਇਹ m1 l-1 t-2 ਹੋ ਜਾਏਗਾ, ਜਿਹੜੀ ਕਿ ਪ੍ਰੈਸ਼ਰ ਦੇ ਬਰਾਬਰ ਹੈ। ਸਟ੍ਰੇਨ ਹੁੰਦੀ ਹੈ ਚੇਂਜ ਇਨ ਡਾਇਮੈਂਸ਼ਨ ਓਵਰ ਓਰੀਜਨਲ ਡਾਇਮੈਂਸ਼ਨ। ਤਾਂ ਚੇਂਜ ਇਨ ਡਾਇਮੈਂਸ਼ਨ ਦੀ ਵੀ ਡਾਇਮੈਂਸ਼ਨ, ਮਤਲਬ ਚੇਂਜ ਡਾਇਮੈਂਸ਼ਨ ਕੀ ਹੋਏਗੀ, ਲੈਂਥ ਜਾਂ ਵੋਲੀਅਮ ਚੇਂਜ ਹੋਏਗੀ। ਤਾਂ ਓਰੀਜਨਲ ਡਾਇਮੈਂਸ਼ਨ ਮਤਲਬ ਚੇਂਜ ਇਨ ਡਾਇਮੈਂਸ਼ਨ ਲੈਂਥ, ਇਹ ਵੀ ਇਹਦੀ ਡਾਇਮੈਂਸ਼ਨ ਲੈਂਥ ਦੀ ਆਉਣਗੀਆਂ ਡਿਵਾਈਡ ਬਾਈ ਲੈਂਥ। ਤਾਂ ਜਿਹੜੀ ਸਟ੍ਰੇਨ ਹੈ ਇਹਦੀ ਕੋਈ ਡਾਇਮੈਂਸ਼ਨ ਨਹੀਂ ਹੁੰਦੀ, ਤੁਸੀਂ ਦੇਖੋ l l^1 / l^n ਕੱਟ ਕੇ l^0 ਹੋ ਜਾਏਗਾ, ਤਾਂ ਇਹ m0 l0 t0। ਤਾਂ ਇਹਨੂੰ ਅਸੀਂ ਡਾਇਮੈਂਸ਼ਨ ਲੈਸ ਕੁਆਂਟਿਟੀ ਬੋਲਦਾ, ਜਿਹੜੀ ਵੀ ਫਿਜ਼ੀਕਲ ਕੁਆਂਟਿਟੀ ਦੀ m l ਅਤੇ t^3 ਤਿੰਨੇ 0 ਆ ਜਾਣ, ਤਾਂ ਉਹਨੂੰ ਅਸੀਂ ਡਾਇਮੈਂਸ਼ਨ ਲੈਸ ਫਿਜ਼ੀਕਲ ਕੁਆਂਟਿਟੀ ਬੋਲਦੇ ਹਾਂ। ਐਵੇਂ ਇੱਕ ਹੋਰ ਫਿਜ਼ੀਕਲ ਕੁਆਂਟਿਟੀ ਹੈ, ਉਹਦਾ ਨਾਮ ਹੁੰਦਾ ਮੋਡੂਲਸ ਆਫ ਇਲਾਸਟਿਸਿਟੀ। ਇਹ ਕਿਹਦੇ ਬਰਾਬਰ ਹੁੰਦਾ? ਸਟ੍ਰੈਸ ਬਟਾ ਸਟ੍ਰੇਨ ਦੇ ਬਰਾਬਰ ਹੁੰਦਾ। ਸਟ੍ਰੈਸ ਦੀ ਅਸੀਂ ਉੱਪਰ ਡਾਇਮੈਂਸ਼ਨ ਕਰਕੇ ਹਟੇ ਹਾਂ,
स्ट्रेन डायमेंशनलैस होंगे तो यदि भी डायमेंशन स्ट्रैस के बराबर ही आ जाती है, एम वन एल माइनस वन टी माइनस टू, या प्रेशर के बराबर ही आ जाती है मॉडुलस ऑफ इलास्टिसिटी दी एंड वी डायमेंशन भी। अगे कुछ साढ़े को कॉन्सटेंट्स आते हैं, ठीक है, उन्होंने जो फॉर्मूला कढ़नी हो तो न्यूटन के सिद्धांत ने सानू न्यूटन के ग्रेविटेशन सिद्धांत ने दस्या सी कि दो मासेस दे विच ग्रेविटेशनल फोर्स किदे बराबर होंगी है, एफ इज इक्वल टू जी एम वन एम टू इन टू अपॉन आर स्क्वायर, ठीक है। इतने आर की जगह पर असी डी लिखा हुआ, डी का मतलब डिस्टेंस होंगे, इतने जी इन फॉर्मूले उल्टा के साथ जी कि बराबर आ जाएगा एफ इंटू डी स्क्वायर अपॉन एम वन इंटू एम टू। फोर्स की डायमेंशन सानू पता है, डी की है डिस्टेंस है, लेंथ की पावर दो, एम एम वन एम टू की एम की पावर दो, ये तो कढ़ के साढ़े को ग्रेविटेशनल कॉन्सटेंट न्यूटन का ग्रेविटेशनल कॉन्सटेंट की वैल्यू की डायमेंशन आ जाती है एम वन एम माइनस वन एल रेस पावर थ्री एंड टी रेस पावर माइनस टू। एवं सानू प्रॉपर्टीज ऑफ मैटर से पता चलता है भी कोई भी जी लिक्विड है उसे विस्कस फोर्स, विस्कस मतलब हों किसी लिक्विड का गाढ़ापन, वो अलग अलग सतह ना एक दूजे पर फोर्स लगाने उन्होंने असी विस्कस फोर्स बोलते हैं, वो कि बराबर होंगी है कुछ कॉन्सटेंट के बराबर होंगी है, उस लिक्विड का ईटा है कोफिशियंट ऑफ विस्कोसिटी बोलते हैं उन्होंने ईटा, ग्रीक भाषा शब्द है एन वर्गा, इनू ईटा बोलते हैं। तो जी फोर्स है उस लिक्विड के एरिया, उस लिक्विड की वेलोसिटी, तो उस लिक्विड की लेयर की डेप्थ से रिलेटेड होंगी है, ठीक है। तो मान लो हजे थोनों ये थोड़ा जहा ऑड लग रहा होएगा तो फॉर्मूले कितों एकदम आई जाते हैं, पर इन ड्यू कोर्स ऑफ टाइम जो असं सिलेबस करते जाएंगे चैप्टर पढ़ते जाएंगे, हजे तो सिर्फ असं डिमेंशनस कढ़ रहे हैं तो, पर ये असं पूरा एप्रीशिएट कर सकेंगे इस फॉर्मूले जब असं ये बारे समझ लेंगे, ठीक है। तो ईटा नूं जे असं कढ़ना हो ये फॉर्मूले उल्टा लो, एफ इंटू डी अपॉन ए इंटू बी, एफ की है फोर्स है, यदा डायमेंशन फॉर्मूला है, डी डिस्टेंस है, एरिया तो साढ़े को फॉर्मूला है वेलोसिटी का, तो सारी कैलकुलेशन करके साढ़े को फॉर्मूला आ जाता है एम वन एल माइनस वन टी माइनस वन। मेरी तुहानू सारयां नू रिक्वेस्ट है कि ये सारे फॉर्मूले जो भी तुसी नवा फॉर्मूला फेस करते हो हाथ नाल कैलकुलेट करके देखो, जो तो कॉपी ते करोगे हाथ ते करया वा ही तुसी बाद च कदे एग्जाम ते कर सकते हो, कल्ले पढ़ के पढ़न नाल नहीं सरना हैगा। अगे जिहड़ा है साढ़े कोल फॉर्मूला आंदा एंगल दा, एंगल की हुंदा है, लेंथ ऑफ एंगल डिफाइंड हुंदा लेंथ ऑफ आर्क अपॉन रेडियस, ठीक है। ये बारे भी आपां डिटेल पढ़ांगे, तो ये डायमेंशनलैस ही हुंदा है, लेंथ ऑफ आर्क भी दी डिस्टेंस दी क्वांटिटी है, रेडियस भी डिस्टेंस दी क्वांटिटी है, तो एल एल दी पावर जीरो हो जाता है, तो यह डायमेंशनलैस बन जाता है एम जीरो एल जीरो टी जीरो। एवें एंगुलर डिस्प्लेसमेंट की होंगे कि एंगल कवर किया जाए, क्योंकि एंगल डायमेंशनलैस है, एंगुलर डिस्प्लेसमेंट भी साढ़े को डायमेंशनलैस आ जाती है। अगली फिजिकल क्वांटिटी है एंगुलर वेलोसिटी। एंगुलर वेलोसिटी में तुसी ऐ समझ सकते हो जिवें हुण तुसी घड़ी दी सुइयां देखते हो, जिहड़ी मिनटां दी सुई है वो एक घंटे दे विच एक चक्कर पूरा करदी है, पर जब सकिंटां वाली सुई एक मिनट दे विच एक चक्कर पूरा करदी है, तो तुसीं आपे दस सकदे हो किहड़ी तेज़ है। ओबवियसली सकिंटां वाली सुई तेज़ है, तो असीं कहने हैं कि वह पर यूनिट टाइम दे विच ज़्यादा दूरी तय करती है, तो असीं उहनूं उहदी एंगुलर वेलोसिटी कहने हैं, ठीक है। एंगुलर वेलोसिटी की हुंदी है, जदों कोई चीज़ सर्कुलर मोशन या एंगुलर मोशन जाती होवे तो वह किन्ना वो एंगल, क्योंकि सर्कल से तो साढ़े को एंगल ही आता है, किन्ना एंगल ट्रैवल करती है डिवाइडेड बाय टाइम। हुण एंगल की डायमेंशन असीं देखी सी डायमेंशनलैस है अपॉन टाइम, तो डायमेंशन एम जीरो एल जीरो टी माइनस वन ही आ जाती है। जिमें असी लीनियर एक्सलरेशन देखी सी कि जो साड़ी स्पीड चेंज होंगी, एवें ही सपोज करो तुसी हाथ च कोई बॉल नू रस्सी बन के घुमा रहे हो, तुसीं पहला हौली घुमा रहे सीगे, हुण तुसीं उहनूं घुमाउणा तेज़ करता, तां साडी की है तुहाडी एंगुलर एक्सलरेशन आ गई, एंगुलर वेलोसिटी चेंज इन एंगुलर वेलोसिटी अपॉन टाइम। तो एंगुलर वेलोसिटी दी डेफिनेशन आप डायमेंशन आप उपर करके है, तो टी माइनस वन अपॉन अगेन टाइम, तो यदि हो जाएगी टी माइनस टू एंगुलर एक्सलरेशन की डायमेंशन हो जाएगी।
ਅੱਗੇ ਐਂ ਰੋਟੇਸ਼ਨਲ ਮੋਸ਼ਨ 'ਚ ਹੀ ਰਿਲੇਟਡ ਇੱਕ ਫਿਜ਼ੀਕਲ ਕੁਆਂਟਿਟੀ ਆਉਂਦੀ ਹੈ, ਇਹਨੂੰ ਕਹਿੰਦੇ ਅਸੀਂ ਮੂਮੈਂਟ ਆਫ ਇਨਰਸ਼ੀਆ ਬੋਲਦੇ ਹਾਂ। ਇਹਨੂੰ ਸਮਝਣ ਲਈ ਤੁਸੀਂ ਐਵੇਂ ਦੇਖ ਸਕਦੇ ਹੋ ਕਿ ਜੇ ਤੁਸੀਂ ਮੰਨ ਲਓ ਜੇ ਤੁਸੀਂ ਕੋਈ ਧਾਗੇ 'ਤੇ ਕੋਈ ਬੋਲ ਬੰਨ ਕੇ ਘੁਮਾਉਣੀ ਹੈ, ਜੇ ਧਾਗਾ ਛੋਟਾ ਹੈ ਤਾਂ ਤੁਹਾਨੂੰ ਘੁਮਾਉਣ ਲਈ ਘੱਟ ਜ਼ੋਰ ਲੱਗਦਾ। ਜੇ ਸਪੋਜ਼ ਕਰੋ ਤੁਸੀਂ ਬਹੁਤ ਲੰਬੀ ਰੱਸੀ ਲੈ ਘੁਮਾਓ ਤਾਂ ਤੁਸੀਂ ਧਿਆਨ ਨਾਲ ਸੋਚੋ ਉਹੀ ਬੋਲ ਸਿਰਫ ਰੱਸੀ ਦੀ ਲੰਬਾਈ ਲਿੱਤੀ ਹੈ, ਤੁਹਾਨੂੰ ਘੁਮਾਉਣਾ ਔਖਾ ਹੋ ਜਾਏਗਾ। ਅਤੇ ਜਿਵੇਂ ਲੀਨੀਅਰ ਮੋਸ਼ਨ ਸਾਡੇ ਕੋਲ ਮਾਸ ਹੁੰਦਾ, ਐਵੇਂ ਜਿਹੜਾ ਸਰਕੂਲਰ ਮੋਸ਼ਨ 'ਚ ਮਾਸ ਦਾ ਰੋਲ ਮੂਮੈਂਟ ਆਫ ਇਨਰਸ਼ੀਆ ਲੈ ਲੈਂਦਾ, ਅਤੇ ਕਿਹਦੇ ਬਰਾਬਰ ਹੁੰਦਾ? ਮਾਸ ਇੰਟੂ ਪਰਪੈਂਡੀਕੁਲਰ ਡਿਸਟੈਂਸ। ਪਰਪੈਂਡੀਕੁਲਰ ਡਿਸਟੈਂਸ ਕੀ ਤੋਂ? ਜਿਹੜੀ ਚੀਜ਼ ਤੋਂ ਘੁਮਾਉਣਾ ਹੈ, ਕਿਉਂਕਿ ਰੋਟੇਸ਼ਨਲ ਮੋਸ਼ਨ 'ਚ ਘੁਮਾਉਣਾ ਸਾਡਾ ਮੇਨ ਹੁੰਦਾ, ਉੱਥੇ ਡਿਸਟੈਂਸ ਦਾ ਸਕੁਆਇਰ ਆਉਂਦਾ। ਠੀਕ ਹੈ, ਤਾਂ ਮਾਸ ਇੰਟੂ ਇੱਥੇ ਡਿਸਟੈਂਸ ਦੀ ਪਾਵਰ 2 ਆਏਗੀ, ਇੱਥੇ ਗਲਤੀ ਹੋਈ ਵੀ ਹੈ, ਤਾਂ ਮਾਸ ਇੰਟੂ ਐਲ ਦੀ ਪਾਵਰ 2 m1 ਐਲ ਦੀ ਪਾਵਰ 2। ਅਤੇ ਇਹ ਹੈ ਮੂਮੈਂਟ ਆਫ ਇਨਰਸ਼ੀਆ ਦਾ ਡਿਮੈਂਸ਼ਨਲ ਫਾਰਮੂਲਾ। ਐਵੇਂ ਸਰਕੂਲਰ ਮੋਸ਼ਨ ਦੀ ਜਿਹੜੀ ਫੋਰਸ ਆ ਉਹਨੂੰ ਅਸੀਂ ਟੋਰਕ ਕਹਿੰਦੇ ਹਾਂ। ਟੋਰਕ ਕਿਹਦੇ ਬਰਾਬਰ ਹੁੰਦਾ? ਫੋਰਸ ਇੰਟੂ ਪਰਪੈਂਡੀਕੁਲਰ ਡਿਸਟੈਂਸ ਬਿਟਵੀਨ ਦਿਸ ਸੈਂਟਰ ਆਫ ਐਕਸਿਸ ਆਫ ਰੋਟੇਸ਼ਨ। ਤਾਂ ਫੋਰਸ ਦਾ ਫਾਰਮੂਲਾ ਸਾਨੂੰ ਪਤਾ ਹੈ, ਡਿਸਟੈਂਸ ਦਾ ਯੂਨਿਟ ਐਲ ਹੁੰਦੀ ਹੈ, ਆ ਜਾਂਦੀ ਹੈ m1 l2 t-2। ਜਿਵੇਂ ਲੀਨੀਅਰ ਮੋਸ਼ਨ 'ਚ ਲੀਨੀਅਰ ਮੋਮੈਂਟਮ ਹੁੰਦੀ ਹੈ, ਐਂਗੂਲਰ ਮੋਸ਼ਨ 'ਚ ਵੀ ਐਂਗੂਲਰ ਮੋਮੈਂਟਮ ਹੁੰਦੀ ਹੈ। ਐਂਗੂਲਰ ਮੋਮੈਂਟਮ ਕਿਹਦੇ ਬਰਾਬਰ ਹੁੰਦਾ? ਲੀਨੀਅਰ ਮੋਮੈਂਟਮ ਇੰਟੂ ਡਿਸਟੈਂਸ। ਸਾਰੇ ਸਰਕੂਲਰ ਮੋਸ਼ਨ ਦੇ ਫਾਰਮੂਲੇ 'ਚ ਜਿਹੜੀ ਲੀਨੀਅਰ ਦੀ ਕੁਆਂਟਿਟੀਜ਼ ਹੈ ਨੋਰਮਲੀ ਡਿਸਟੈਂਸ ਨਾਲ ਰਿਲੇਟਡ ਆ, ਓਨਲੀ ਮੂਮੈਂਟ ਆਫ ਇਨਰਸ਼ੀਆ ਡਿਸਟੈਂਸ ਸਕੁਅਰ ਨਾਲ ਰਿਲੇਟਡ ਹੈ। ਤੁਹਾਡੇ ਲਈ ਹਿੰਟ ਹੈ ਜੇ ਤੁਸੀਂ ਯਾਦ ਕਰਨਾ ਹੋਵੇ। ਤਾਂ ਲੀਨੀਅਰ ਮੋਮੈਂਟਮ ਦੀ ਅਸੀਂ ਡਿਮੈਂਸ਼ਨ ਪਿੱਛੇ ਪੜ੍ਹ ਕੇ ਹਟੇ ਹਾਂ, m1 l1 t-1। ਇਹਨੂੰ l ਦਾ ਗੁਣਾ ਕਰਾਂਗੇ ਤਾਂ m1 l2 t-1 ਬਣ ਜਾਏਗੀ। ਐਵੇਂ ਹੀ ਫਿਜ਼ੀਕਲ ਕੁਆਂਟੀ ਹੁੰਦੀ ਹੈ ਟਾਈਮ ਪੀਰੀਅਡ। ਕੋਈ ਚੀਜ਼ ਕਿਸੇ ਵੀ ਕੋਈ ਚੀਜ਼ ਸਰਕੂਲਰ ਮੋਸ਼ਨ ਜਾਂ ਰੋਟੇਟਰੀ ਮੋਸ਼ਨ ਜਾ ਰਹੀ ਹੈ, ਸਪੋਜ਼ ਕਰੋ ਜਿਵੇਂ ਕਿ ਘੜੀ ਦੀ ਸੂਈ, ਤਾਂ ਉਹ ਇੱਕ ਚੱਕਰ ਲੈਣ ਲਈ ਕਿੰਨਾ ਟਾਈਮ ਲੈਂਦੀ ਹੈ? ਜਿਵੇਂ ਹੁਣ ਸੈਕਿੰਡ ਦੀ ਸੂਈ 60 ਸਕਿੰਟ ਲੈਂਦੀ ਹੈ, ਉਹਦਾ ਟਾਈਮ ਪੀਰੀਅਡ 60 ਸਕਿੰਟ ਹੈ, ਤਾਂ ਇਹ ਟਾਈਮ ਨਾਲੇ ਮਿਲਦੇ ਆ। ਤਾਂ ਇਹਦਾ ਫਾਰਮੂਲਾ ਕੀ ਹੋਏਗਾ? m0 l0 t-1। ਫ੍ਰੀਕੁਐਂਸੀ ਫਿਜ਼ੀਕਲ ਕੁਆਂਟਿਟੀ ਕੀ ਹੁੰਦੀ ਹੈ? ਕਿੰਨੀ ਵਾਰ 1 ਸਕਿੰਟ ਦੇ ਵਿੱਚ ਕੋਈ ਚੀਜ਼ ਹੋਣੀ ਹੈ? ਤਾਂ ਇਹ ਇਨਵਰਸ ਹੁੰਦੀ ਹੈ ਟਾਈਮ ਪੀਰੀਅਡ ਦਾ। ਜਦੋਂ ਅਸੀਂ ਸਰਕੂਲਰ ਮੋਸ਼ਨ ਚੈਪਟਰ ਪੜ੍ਹਾਂਗੇ ਤਾਂ ਇਹਨੂੰ ਡਿਟੇਲ ਨਾਲ ਸਮਝਾਂਗੇ। ਤਾਂ ਹੁਣ ਲਈ ਇਹ ਸਾਡਾ ਟੀ ਦੀ ਜਿਹੜੀ ਡਿਮੈਂਸ਼ਨ ਹੈ t-1 ਹੋਏਗੀ, m0 l0 t-1। ਐਵੇਂ ਹੀ ਹੁਣ ਇੱਕ ਪਲੈਂਕਸ ਕੋਂਸਟੈਂਟ ਹੁੰਦਾ, ਉਹ ਬੜਾ ਹੀ ਇੰਪੋਰਟੈਂਟ ਫਿਜ਼ੀਕਲ ਕੋਂਸਟੈਂਟ ਹੈ। ਪਲੈਂਕਸ ਕੋਂਸਟੈਂਟ ਕਿਵੇਂ ਡਿਫਾਈਨ ਕਰਦੇ ਹਾਂ? ਤਾਂ ਪਲੈਂਕ ਇੱਕ ਸਾਇੰਟਿਸਟ ਸੀਗਾ, ਉਹਨੇ ਦੱਸਿਆ ਸੀ ਕਿ ਜਿਹੜੀ ਪ੍ਰਕਾਸ਼ ਹੈ ਉਹਨੂੰ ਜੇ ਅਸੀਂ ਕਿਰਨਾਂ ਨਾ ਮੰਨ ਕੇ, ਪ੍ਰਕਾਸ਼ ਨੂੰ ਅਸੀਂ ਵੇਵ ਨਾ ਮੰਨ ਕੇ, ਜੇ ਉਹਨੂੰ ਪਾਰਟੀਕਲ ਮੰਨੀਏ, ਤਾਂ ਇੱਕ ਪਾਰਟੀਕਲ ਦੀ ਇੱਕ ਪੈਕਟ ਦੇ ਵਿੱਚ ਕਿੰਨੀ ਐਨਰਜੀ ਹੋਏਗੀ? ਜਿਸ ਪਾਰਟੀ ਉਹਦੀ ਜੇ ਉਹ ਪਾਰਟੀਕਲ ਦੀ ਫ੍ਰੀਕੁਐਂਸੀ ਮਿਊ ਹੈ, ਫ੍ਰੀਕੁਐਂਸੀ ਹੁਣੇ ਅਸੀਂ ਪਿੱਛੇ ਦੇਖ ਕੇ ਹਟੇ ਹਾਂ, ਆਹ ਫ੍ਰੀਕੁਐਂਸੀ ਦਾ ਫਾਰਮੂਲਾ। ਫ੍ਰੀਕੁਐਂਸੀ ਨੂੰ ਅਸੀਂ ਡਿਟੇਲ ਸਮਝਾਂਗੇ। ਜੇ ਉਹਦੀ ਫ੍ਰੀਕੁਐਂਸੀ ਮਿਊ ਹੈ ਤਾਂ ਉਸ ਪਾਰਟੀਕਲ ਦੀ ਐਨਰਜੀ e=hν ਹੋਏਗੀ। ਠੀਕ ਹੈ, ਅਤੇ ਇੱਥੋਂ ਅਸੀਂ ਐਚ ਦੀ ਵੈਲਿਊ ਡਿਫਾਈਨ ਕਰ ਸਕਦੇ ਹਾਂ, ਜਿਹੜੀ ਕਿ e/ν ਹੋਏਗੀ। e ਕੀ ਐਨਰਜੀ, ਇਹਦੀ ਡਿਮੈਂਸ਼ਨ ਅਸੀਂ ਪੜ੍ਹ ਚੁੱਕੇ ਹਾਂ। ਨਿਊ ਕੀ ਹੈ? ਫ੍ਰੀਕੁਐਂਸੀ ਅਸੀਂ ਹੁਣੇ ਇਹਦੀ ਵੈਲਿਊ ਪੜ੍ਹੀ ਸੀ t-1। ਤਾਂ ਇਹਦਾ ਫਾਰਮੂਲਾ m1 l2 ਐਂਡ t-1 ਬਣ ਜਾਂਦਾ। ਹੁਣ ਅਸੀਂ ਕੁਛ ਕੁ ਇਹ ਸਾਰੀ ਜਿਹੜੀ ਡਿਮੈਂਸ਼ਨਸ ਪੜ੍ਹੀਆਂ, ਤਾਂ ਇੱਥੇ ਕੁਛ ਇਹਨਾਂ ਨੂੰ ਅਸੀਂ ਡਿਫਰੈਂਸ਼ੀਏਟ ਕਰਨ ਲਈ, ਇਹਨਾਂ ਨੂੰ ਅਲੱਗ ਅਲੱਗ ਦੱਸਣ ਲਈ ਕੁਛ ਟਰਮ ਯੂਜ਼ ਕਰਦੇ ਹਾਂ। ਡਿਮੈਂਸ਼ਨਲ ਫਿਜ਼ੀਕਲ ਕੁਆਂਟਿਟੀਜ਼ ਉਹ ਨੇ ਜਿਨ੍ਹਾਂ ਦੀ ਡਿਮੈਂਸ਼ਨ ਹੁੰਦੀ ਹੈ, ਮਤਲਬ ਉਹਦੀ ਐਮ ਐਲ ਅਤੇ ਟੀ ਦੇ ਵਿੱਚੋਂ ਕਿਸੇ ਦੀ ਪਾਵਰ 0 ਤੋਂ ਅਲੱਗ ਹੋਏਗੀ। ਠੀਕ ਹੈ, ਡਿਮੈਂਸ਼ਨਲ ਕੁਆਂਟਿਟੀਜ਼ ਉਹ ਹੁੰਦੇ ਜਿਹਦੇ ਸਾਰੀਆਂ ਡਿਮੈਂਸ਼ਨ 0 ਨਹੀਂ ਹੁੰਦੀਆਂ। ਜਿਵੇਂ ਉਦਾਹਰਨ ਦੇ ਤੌਰ 'ਤੇ ਲੈਂਥ, ਮਾਸ, ਟਾਈਮ, ਏਰੀਆ, ਵੋਲਿਊਮ, ਅਸੀਂ ਸਾਰੇ ਦੇਖਿਆ ਸੀ, ਸਪੀਡ, ਫੋਰਸ, ਪਾਵਰ, ਇਹ ਸਾਰੇ ਐਮ ਜਾਂ ਐਲ ਜਾਂ ਟੀ ਦੀ ਕੋਈ 0 ਤੋਂ ਅਲੱਗ ਪਾਵਰ ਹੁੰਦੀ ਹੈ। ਡਿਮੈਂਸ਼ਨਲੈਸ ਕੁਆਂਟਿਟੀਜ਼ ਉਹ ਹੁੰਦੀਆਂ ਨੇ ਜਿਹਦੀ ਕੋਈ ਡਿਮੈਂਸ਼ਨ ਨਹੀਂ ਹੁੰਦੀ ਹੈਗੀ, ਮਤਲਬ ਐਮ ਐਲ ਅਤੇ ਟੀ ਤਿੰਨਾਂ ਦੀਆਂ ਪਾਵਰ 0 ਹੁੰਦੀਆਂ। ਹੁਣ ਪਿੱਛੇ ਅਸੀਂ ਟੇਬਲ ਡਿਮੈਂਸ਼ਨਸ ਪੜ੍ਹਦੇ ਅਸੀਂ ਦੇਖਿਆ ਸੀ, ਐਂਗਲ ਇੱਕ ਡਿਮੈਂਸ਼ਨਲੈਸ ਕੁਆਂਟਿਟੀ ਸੀ ਅਤੇ ਸਟ੍ਰੇਨ ਵੀ ਡਿਮੈਂਸ਼ਨਲੈਸ ਕੁਆਂਟਿਟੀ ਸੀ। ਅਗਲੀ ਗੱਲ ਆ ਜਾਂਦੀ ਹੈ ਡਿਮੈਂਸ਼ਨਲ ਕੋਂਸਟੈਂਟਸ ਦੀ।
ਹੁਣੇ ਪਿੱਛੇ ਅਸੀਂ ਦੋ ਤਿੰਨ ਕਾਂਸਟੈਂਟ ਪੜ੍ਹੇ, ਕੁਛ ਕਾਂਸਟੈਂਟ ਇਹੋ ਜਿਹੇ ਨੇ ਜਿਹੜੇ ਸਾਰੀ ਦੁਨ ਕਾਂਸਟੈਂਟ ਦਾ ਮਤਲਬ ਹੁੰਦਾ ਜਿਹਦੀ ਵੈਲਿਊ ਦੁਨੀਆ ਚੇਂਜ ਨਾ ਹੋਵੇ। ਗ੍ਰੈਵੀਟੇਸ਼ਨਲ ਕਾਂਸਟੈਂਟ ਅਤੇ ਪਲੈਂਕ ਕਾਂਸਟੈਂਟ ਅਤੇ ਕੋਫੀਸ਼ੀਐਂਟ ਆਫ ਵਿਸਕੋਸਿਟੀ ਅਸੀਂ ਪੜ੍ਹੇ ਸੀ, ਤਿੰਨੇ ਕਾਂਸਟੈਂਟ ਹੁੰਦੇ ਨੇ ਪਰ ਇਹਨਾਂ ਦੀ ਡਿਮੈਂਸ਼ਨ ਹੁੰਦੀ ਹੈ, ਤਾਂ ਇਹਨੂੰ ਅਸੀਂ ਕਹਿੰਦੇ ਹਾਂ ਡਿਮੈਂਸ਼ਨਲ ਕਾਂਸਟੈਂਟ। ਵੈਲਿਊ ਇਹਨਾਂ ਦੀ ਕਾਂਸਟੈਂਟ ਹੈ ਪਰ ਇਹਨਾਂ ਦੀ ਕਾਂਸਟੈਂਟ ਦੀ ਡਿਮੈਂਸ਼ਨਸ ਹੁੰਦੀਆਂ ਨੇ, ਤਾਂ ਇਹਨੂੰ ਅਸੀਂ ਕਹਿੰਦੇ ਹਾਂ ਡਿਮੈਂਸ਼ਨਲ ਕਾਂਸਟੈਂਟਸ। ਅੱਗੇ ਆਉਂਦੇ ਨੇ ਡਿਮੈਂਸ਼ਨਲੈਸ ਕਾਂਸਟੈਂਟਸ, ਸਾਰੇ ਜਿਹੜੇ ਨੰਬਰਸ ਨੇ 1, 2, 3, ਪਾਈ ਜਾਂ ਐਕਸਪੋਨੈਂਸ਼ੀਅਲ ਵਾਲਾ ਨੰਬਰ ਈ, ਇਹਨਾਂ ਦੀ ਕੋਈ ਡਿਮੈਂਸ਼ਨ ਨਹੀਂ ਹੁੰਦੀ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਡਿਮੈਂਸ਼ਨਲੈਸ ਕਾਂਸਟੈਂਟਸ। ਠੀਕ ਹੈ, ਅਤੇ ਸਾਨੂੰ ਥੋੜ੍ਹਾ ਇਹ ਸਾਡਾ ਪਾਰਟ ਐਂਡ ਹੋ ਰਿਹਾ ਪਰ ਇੱਥੇ ਸਾਨੂੰ ਇੱਕ ਗੱਲ ਨੋਟ ਕਰਨੀ ਪਵੇਗੀ ਕਿ ਜਿਹੜੀ ਫਿਜ਼ੀਕਲ ਕੁਆਂਟੀਟੀ, ਕਿਉਂਕਿ ਐਗਜ਼ਾਮ 'ਚ ਵੀ ਬਹੁਤ ਵਾਰ ਪੁੱਛ ਲੈਂਦਾ ਜਿਨ੍ਹਾਂ ਦੀ ਸੇਮ ਡਾਇਮੈਂਸ਼ਨ ਹੁੰਦੀ ਹੈ ਨਾ, ਤਾਂ ਸਾਨੂੰ ਨੋਟ ਕਰਨਾ ਪਏਗਾ, ਤੁਸੀਂ ਟੇਬਲ 'ਤੇ ਜਾ ਕੇ ਰੀਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ਸਪੀਡ ਐਂਡ ਵਿਲੋਸਟੀ ਹੈਵ ਸੇਮ ਡਾਇਮੈਂਸ਼ਨਸ, ਫ੍ਰੀਕੁਐਂਸੀ ਅਤੇ ਐਂਗੂਲਰ ਵਿਲੋਸਟੀ ਦੀ ਸੇਮ ਡਾਇਮੈਂਸ਼ਨ ਹੈ, ਵਰਕ ਐਨਰਜੀ ਐਂਡ ਟੋਰਕ ਦੀ ਸੇਮ ਡਾਇਮੈਂਸ਼ਨ ਹੈ, ਪ੍ਰੈਸ਼ਰ, ਸਟ੍ਰੈਸ ਐਂਡ ਮੋਡੂਲਸ ਆਫ ਇਲਾਸਟਿਸਿਟੀ ਦੀ ਸੇਮ ਡਾਇਮੈਂਸ਼ਨ ਹੈ, ਐਵੇਂ ਹੀ ਇੰਪਲਸ ਅਤੇ ਮੋਮੈਂਟਮ ਦੀ ਸੇਮ ਡਾਇਮੈਂਸ਼ਨ ਹੈ, ਅਗੇਨ ਐਂਗੂਲਰ ਮੋਮੈਂਟਮ ਅਤੇ ਪਲੈਂਕਸ ਕਾਂਸਟੈਂਟ ਦੀ ਵੀ ਸੇਮ ਡਾਇਮੈਂਸ਼ਨ ਹੈ। ਇਹਦੇ ਨਾਲ ਸਾਡਾ ਜਿਹੜਾ ਪਾਰਟ ਹੈ ਡਾਇਮੈਂਸ਼ਨਸ ਦੇ ਨਾਲ ਰਿਲੇਟਡ ਉਹ ਖਤਮ ਹੁੰਦਾ ਹੈ, ਅਤੇ ਅਸੀਂ ਨੈਕਸਟ ਪਾਰਟ 'ਚ ਡਾਇਮੈਂਸ਼ਨਸ ਦੀ ਐਪਲੀਕੇਸ਼ਨਸ ਬਾਰੇ ਪੜ੍ਹਾਂਗੇ। ਧੰਨਵਾਦ।